ਤੇ ਤੁਹਾਡਾ ਮੈਂ ਤੁਹਾਡੇ ਨਾਲ ਇੰਦਰਜੀਤ ਕੌਰ ਕੋਈ ਵੀ ਪਾਰਟੀ ਇੱਕ ਵਿਚਾਰਧਾਰਾ ਨੂੰ ਲੈ ਕੇ ਪਛਾਣੀ ਜਾਂਦੀ ਹੈ ਅਤੇ ਅਮੂਮਨ ਇਹ ਹੁੰਦਾ ਹੈ ਕਿ ਜਿਨ੍ਹਾਂ ਦੀ ਵਿਚਾਰਧਾਰਾ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਮੇਲ ਖਾਂਦੀ ਹੈ ਉਹ ਆਗੂ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਪਰ ਜਾਪਦਾ ਇਹ ਹੈ ਕਿ ਪਾਰਟੀ ਦੇ ਪ੍ਰਤੀ ਉਸ ਦੀ ਵਿਚਾਰਧਾਰਾ ਜਾਂ ਸਿਆਸੀ ਸਿਧਾਂਤਾਂ ਕਰਕੇ ਪ੍ਰਤੀਬੱਧਤਾ ਹੁਣ ਸਿਰਫ ਮਜ਼ਾਕ ਬਣ ਕੇ ਰਹਿ ਗਈ ਹੈ ਕਿਉਂਕਿ ਚੋਣਾਂ ਤੋਂ ਪਹਿਲਾਂ ਆਗੂਆਂ ਦਾ ਪਾਰਟੀ ਛੱਡ ਕੇ ਹੋਰ ਪਾਰਟੀ ਦੇ ਵੱਲ ਰਲੇਵਾਂ ਇੱਕ ਰੁਝਾਨ ਬਣਦਾ ਜਾ ਰਿਹਾ ਅਤੇ ਕੁਝ ਅਜਿਹਾ ਹੀ ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਚੋਣਾਂ ਨੂੰ ਅਜੇ ਕਾਫੀ ਸਮਾਂ ਬਾਕੀ ਹੈ ਪਰ ਉਸ ਤੋਂ ਪਹਿਲਾਂ ਹੀ ਬੀਜੇਪੀ ਦੇ ਆਗੂ ਨਵਜੋਤ ਸਿੰਘ ਸਿੱਧੂ ਦਾ ਰਾਜ ਸਭਾ ਤੋਂ ਅਸਤੀਫਾ ਅਤੇ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਤੇ ਇੰਦਰਬੀਰ ਸਿੰਘ ਬੁਲਾਰੀਆ ਅਤੇ ਪ੍ਰਗਟ ਸਿੰਘ ਦੀ ਅਕਾਲੀ ਦਲ ਤੋਂ ਮੁਅਤਲੀ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਤੋਂ ਕਈ ਸਵਾਲ ਖੜੇ ਹੁੰਦੇ ਨੇ ਦਲ ਬਦਲੀ ਸਿਰਫ ਇੱਕ ਪਾਰਟੀ ਨਹੀਂ ਕਈ ਪਾਰਟੀਆਂ 'ਚ ਇਹ ਦੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਸਵਾਲ ਖੜਾ ਹੁੰਦਾ ਹੈ ਕਿ ਦਲ ਬਦਲ ਤੇ ਸਸਪੈਂਸ਼ਨ ਦੇ ਨਾਲ ਕੀ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਸਕਦੇ ਨੇ ਨਵਜੋਤ ਸਿੰਘ ਸਿੱਧੂ ਦੇ ਬੀਜੇਪੀ ਛੱਡਣ ਤੋਂ ਬਾਅਦ ਸੂਬੇ ਦੀ ਸਿਆਸਤ ਬੇਹੱਦ ਗਰਮਾਈ ਹੋਈ ਹੈ ਅਕਾਲੀ ਬੀਜੇਪੀ ਗਠਬੰਧਨ ਨੇ ਸਿੱਧੂ ਤੇ ਸਖ਼ਤ ਸਟੈਂਡ ਅਖਤਿਆਰ ਕੀਤਾ ਹੈ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਿੱਧੂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਦੇ ਵਿੱਚ ਜੁਟੀਆਂ ਹੋਈਆਂ ਨੇ ਨਵਜੋਤ ਸਿੱਧੂ ਵੱਲੋਂ ਰਾਜ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ ਸਿਆਸਤ ਸਿਖਰਾਂ ਤੇ ਪਹਿਲਾਂ ਸਿੱਧੂ ਤੇ ਨਰਮ ਰੁੱਖ ਅਖਤਿਆਰ ਕਰਨ ਵਾਲੀ ਬੀਜੇਪੀ ਨੇ ਵੀ ਸਿੱਧੂ ਖਿਲਾਫ ਤਲਖ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਸੂਬਾ ਬੀਜੇਪੀ ਇੰਚਾਰਜ ਪ੍ਰਭਾਤ ਸ਼ਾਹ ਨੇ ਕਿਹਾ ਕਿ ਸਿੱਧੂ ਨੇ ਰਾਸ਼ਟਰਪਤੀ ਵੱਲੋਂ ਮਿਲੇ ਅਹੁਦੇ ਦਾ ਮਾਣ ਨਹੀਂ ਰੱਖਿਆ ਹੁਣ ਜਿੱਥੇ ਮਰਜ਼ੀ ਜਾਣ ਬੀਜੇਪੀ ਦਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਤਾਂ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਨੇ ਮੈਡਮ ਸਿੱਧੂ ਦੇ ਬਿਆਨਾਂ ਤੇ ਤਲਖ ਟਿੱਪਣੀ ਕੀਤੀ बीजेपी ने इतने झटके देखे हैं इसी में से हम केंद्र में सरकार में आए और 15 राज्यों में सरकार में हैं इन छोटे मोटे झटकों से वो उनको सोचना चाहिए क्योंकि वो खुद कहा करते थे पार्टी मेरी माँ है क्या माँ के साथ ये व्यवहार करना जिस पार्टी में रह के जिस पार्टी की आलोचना करो जिस थाली में खा के छेद करो ये अच्छी बात नहीं है और लोग सब समझते हैं अगर वो कहती है दिल्ली में कोई काम अच्छा हो रहा है तो रिजल्ट आने से पता चलेगा किसी कहने से नहीं है नवजोत कौर किसी को सर्टिफिकेट नहीं दे सकती ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਜਾਣ ਜਾਂ ਆਮ ਆਦਮੀ ਪਾਰਟੀ 'ਚ ਇਸ ਨਾਲ ਅਕਾਲੀ ਦਲ ਦਾ ਕੋਈ ਮਤਲਬ ਨਹੀਂ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਇਹ ਬੀਜੇਪੀ ਦਾ ਮਾਮਲਾ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਹਾ ਕਿ ਸਿੱਧੂ ਤੇ ਫੈਸਲਾ ਹੁਣ ਬੀਜੇਪੀ ਨੇ ਲੈਣਾ ਐਕਸ਼ਨ ਲੈਣਾ ਹੈ ਉਹ ਲੈਣਾ ਹੈ ਬੀਜੇਪੀ ਨੇ ਦੇਖੋ ਹਰ ਇੱਕ ਬੰਦੇ ਨੂੰ ਇਹ ਸੋਚਣਾ ਚਾਹੀਦਾ ਵੀ ਮੈਂ ਜਿਹਦੀ ਟਿਕਟ 'ਤੇ ਲੈ ਕੇ ਲੋਕਾਂ ਦਾ ਭਰੋਸਾ ਹੈ ਦਲ ਬਦਲੂ ਜਿਹੜੇ ਹਨ ਦੇਖੋ ਦਲ ਬਦਲੂ ਦਾ ਕਦੇ ਅਸਰ ਚੰਗਾ ਨਹੀਂ ਹੋਇਆ ਉਧਰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਕਾਂਗਰਸੀ ਰਿਹਾ ਇਸ ਲਈ ਜੇ ਸਿੱਧੂ ਕਾਂਗਰਸ ਵਿੱਚ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਵਾਗਤ ਹੈ ਨਵਜੋਤ ਸਿੱਧੂ ਇੱਕ ਕਾਂਗਰਸ ਫੈਮਿਲੀ ਕੋ ਬਿਲੋਂਗ ਕਰਤੇ ਹੈ ਉਧਰ ਚਲੇ ਗਏ ਬੀਜੇਪੀ ਪੇ ਆਪਣੇ ਉਨਕੀ ਸੋਚ ਸੀ ਉਨਕੀ ਸਾਰੀ ਫੈਮਿਲੀ ਕਾਂਗਰਸ ਕੇ ਸਾਥ ਰਹੀ ਪਟਿਆਲੇ ਕੀ ਫੈਮਿਲੀ ਹੈ ਮੇਰੇ ਏਰੀਆ ਸੇ ਔਰ ਮੈਂ ਜਾਣਤਾ ਹੂੰ ਉਨਕੋ ਉਨਕੋ ਤੋ ਬਚਪਨ ਸੇ ਮੈਂ ਜਾਣਤਾ ਹੂੰ ਸੋ ਮੁਝੇ ਪੂਛਾ ਗਿਆ ਥਾ ਅਗਰ ਉਹ ਆਉਣਾ ਚਾਹੇਂਗੇ ਤੋ ਆਈ ਸੈਡ ਇਟ ਵਿਲ ਬੀ ਵੈਰੀ ਗੁੱਡ ਅਗਰ ਆਏ ਤੋ ਅੱਛੀ ਬਾਤ ਹੈ ਉਧਰ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਬਿਆਨ ਤੋਂ ਸਪਸ਼ਟ ਹੈ ਕਿ ਪਾਰਟੀ ਸਿੱਧੂ ਨੂੰ ਆਪਣੇ ਖੇਮੇ 'ਚ ਸ਼ਾਮਲ ਕਰਨ ਦੇ ਲਈ ਕੋਈ ਮੌਕਾ ਹੱਥੋਂ ਗਵਾਉਣਾ ਨਹੀਂ ਚਾਹੁੰਦੀ ਜੇ ਬੀਜੇਪੀ ਨੂੰ ਛੱਡ ਕੇ ਆਇਆ ਤਾਂ ਜੋ ਬੀਜੇਪੀ ਨੇ ਵਿੱਚ ਹੋ ਰਿਹਾ ਅਕਾਲੀਆਂ 'ਚ ਹੋ ਰਿਹਾ ਉਹ ਕੁਝ ਕਾਂਗਰਸ 'ਚ ਸੀਗਾ ਤਾਂ ਮੇਰਾ ਖਿਆਲ ਹੈ ਵੀ ਜੇ ਉਹਨਾਂ ਪੋਲੀਟਿਕਸ 'ਚ ਉਹਨੇ ਆਉਣਾ ਤਾਂ ਬੈਸਟ ਉਹਦੇ ਵਾਸਤੇ ਜਗ੍ਹਾ ਤਾਂ ਇਹੀ ਹੈ ਪਰ ਇਹ ਉਹਦੀ ਮਰਜ਼ੀ ਆ ਅਸੀਂ ਉਹਨੂੰ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਸਿੱਧੂ ਦੀ ਅਗਲੀ ਰਣਨੀਤੀ ਕੀ ਹੋਵੇਗੀ ਇਸ ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਹੋ ਸਕਿਆ ਪਰ ਅਕਾਲੀ ਬੀਜੇਪੀ ਨੇ ਸਿੱਧੂ ਖਿਲਾਫ਼ ਸਖ਼ਤ ਸਟੈਂਡ ਅਖਤਿਆਰ ਕਰ ਲਿਆ ਤਾਂ ਕਾਂਗਰਸ ਅਤੇ ਆਪ ਸਿੱਧੂ ਨੂੰ ਆਪਣੇ ਨਾਲ ਜੋੜਨ ਲਈ ਤਿਆਰ ਪਰ ਤਿਆਰ ਬੈਠੀਆਂ ਨੇ ਬਠਿੰਡਾ ਤੋਂ ਗੋਬਿੰਦ ਸੈਣੀ ਪਟਿਆਲਾ ਤੋਂ ਅਵਤਾਰ ਗਿੱਲ ਚੰਡੀਗੜ੍ਹ ਤੋਂ ਜਗਤਾਰ ਭੁੱਲਰ ਦੇ ਨਾਲ ਜੀਵਨ ਰਾਮਗੜ੍ਹ ਜ਼ੀ ਮੀਡੀਆ ਬਰਨਾਲਾ ਉਧਰ ਅਕਾਲੀ ਦਲ ਦੇ ਵੱਲੋਂ ਮੁਅੱਤਲ ਕੀਤੇ ਗਏ ਇੰਦਰਬੀਰ ਸਿੰਘ ਬੁਲਾਰੀਆ ਅਤੇ ਪ੍ਰਗਟ ਸਿੰਘ ਮੀਡੀਆ ਦੇ ਮੁਖਾਤਿਬ ਹੋਏ ਦੋਵਾਂ ਨੇ ਇੱਕੋ ਹੀ ਗੱਲ ਕਹੀ ਕਿ ਲੋਕਾਂ ਦੀ ਆਵਾਜ਼ ਚੁੱਕਣ ਦੀ ਵਜ੍ਹਾ ਨਾਲ ਉਹਨਾਂ ਤੇ ਇਹ ਕਾਰਵਾਈ ਕੀਤੀ ਗਈ ਹੈ ਉਧਰ ਦੋਵੇਂ ਵਿਧਾਇਕਾਂ ਨੂੰ ਮੁਅੱਤਲ ਕੀਤੇ ਜਾਣ ਦੇ ਮੁੱਦੇ ਤੇ ਬੋਲਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦੇ ਵਿੱਚ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਮਝਾਉਣ ਦੇ ਬਾਵਜੂਦ ਵੀ ਦੋਵੇਂ ਬਿਆਨਬਾਜ਼ੀ ਤੋਂ ਬਾਜ਼ ਨਹੀਂ ਆਏ ਅਕਾਲੀ ਦਲ ਵੱਲੋਂ ਪ੍ਰਗਟ ਸਿੰਘ ਅਤੇ ਇੰਦਰਬੀਰ ਸਿੰਘ ਬੁਲਾਰੀਆ ਨੂੰ ਪਾਰਟੀ ਚੋਂ ਮੁਅੱਤਲ ਕਰਨ ਦੇ ਫੈਸਲੇ ਨੂੰ ਸਹੀ ਠਹਿਰਾਇਆ ਜਾ ਰਿਹਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਕਿ ਜੋ ਵੀ ਪਾਰਟੀ ਵਿਰੋਧੀ ਕੰਮ ਕਰੇਗਾ ਉਸਨੂੰ ਪਾਰਟੀ ਵਿੱਚ ਨਹੀਂ ਰੱਖਿਆ ਜਾਏਗਾ ਉਧਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਹਾ ਕਿ ਦੋਵੇਂ ਆਗੂਆਂ ਵੱਲੋਂ ਵਾਰ ਵਾਰ ਸਮਝਾਉਣ ਦੇ ਬਾਵਜੂਦ ਪਾਰਟੀ ਦੇ ਖਿਲਾਫ਼ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਇਸ ਲਈ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ ਜਿਹੜੇ ਬੰਦੇ ਅਸੀਂ ਕੱਢੇ ਜਾਂ ਜਾਣਗੇ ਕਿਉਂਕਿ ਉਹਨਾਂ ਨੇ ਅਕਾਲੀ ਦਲ 'ਚ
ਉਹਨਾਂ ਦੀ ਕੋਈ ਹੈ ਨਹੀਂ, ਦੇ ਡੋਂਟ ਵੀ ਡੋਂਟ ਫੀਲ ਦੇ ਆਰ ਦੈਟ ਲੋਇਲਟੀ ਫੈਕਟਰ ਇਜ਼ ਨੋਟ ਦੇਅਰ। ਐਕਟੀਵਿਟੀ ਜਿਹੜੀ ਸਨ ਉਹ ਪਾਰਟੀ ਦੇ ਇੰਟਰਸਟ ਨਹੀਂ, ਜਿਸ ਕਰਕੇ ਜਿਹੜਾ ਬੰਦਾ ਪਾਰਟੀ 'ਚ ਦੇ ਇੰਟਰਸਟ ਕੰਮ ਨਹੀਂ ਕਰਦਾ ਉਹਨੂੰ ਕੋਈ ਹੱਕ ਨਹੀਂ ਉਸ ਪਾਰਟੀ ਦੇ। ਉਧਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਪ੍ਰਗਟ ਸਿੰਘ ਇਮਾਨਦਾਰ ਨੇ ਅਤੇ ਜੇਕਰ ਉਹ ਪਾਰਟੀ ਵਿੱਚ ਆਉਣ ਦੀ ਇੱਛਾ ਜਤਾਉਂਦੇ ਨੇ ਤਾਂ ਇਸ 'ਤੇ ਵਿਚਾਰ ਕੀਤਾ ਜਾਏਗਾ। ਪ੍ਰਗਟ ਸਿੰਘ 'ਤੇ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇੱਕ ਇਮਾਨਦਾਰ ਸ਼ਖਸ ਨੇ ਅਤੇ ਜੇ ਉਹ ਕਾਂਗਰਸ ਵਿੱਚ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਹੈ। ਖਾਸ ਪ੍ਰਗਟ ਕਰਨਗੇ ਤਾਂ ਪ੍ਰਗਟ ਸਿੰਘ ਦੇ ਮੁਤਲਕ ਤਾਂ ਮੈਂ ਜਾਣਦਾ, ਦੂਜਿਆਂ ਨੂੰ ਮੈਂ ਨਹੀਂ ਬਹੁਤਾ ਜਾਣਦਾ। ਪ੍ਰਗਟ ਸਿੰਘ ਨੇ ਤਾਂ ਦੇਸ਼ ਦੀ ਹਾਕੀ 'ਚ ਅਗਵਾਈ ਕੀਤੀ ਹੈ, ਅੱਛਾ ਛਵੀ ਵਾਲਾ ਇਨਸਾਨ ਆ, ਵਧੀਆ ਬੰਦਾ। ਜੇ ਉਹ ਆਉਣ ਦੀ ਖਾਸ ਪ੍ਰਗਟ ਕਰੇਗਾ ਫਿਰ ਅਸੀਂ ਉਹਦੇ 'ਤੇ ਕਮੈਂਟਸ ਕਰਾਂਗੇ। ਟੇਕ ਦ ਕੇਸ ਆਫ ਪ੍ਰਗਟ, ਹੀ ਹੈਜ਼ ਬੀਨ ਆਲ ਇੰਡੀਆ ਹਾਕੀ ਕੈਪਟਨ, ਉਨਕੀ ਰਿਸਪੈਕਟ ਹੈ। ਤੋ ਇਫ ਅ ਪਰਸਨ ਲਾਈਕ ਪ੍ਰਗਟ ਸੇਜ਼ ਕਿ ਮੈਂ ਆਪਕੀ ਕਾਂਗਰਸ ਮੈਂ ਆਉਣਾ ਚਾਹਤਾ ਹੂੰ ਔਰ ਪੰਜਾਬ ਕੀ ਸੇਵਾ ਕਰਨਾ ਚਾਹਤਾ ਹੂੰ ਤੋ ਵਾਈ ਸ਼ੁਡ ਬੀ ਨਾਟ ਟੇਕ। ਪ੍ਰਗਟ ਸਿੰਘ ਅਤੇ ਅਕਾਲੀ ਦਲ ਵਿੱਚ ਵਿਵਾਦ ਉਸ ਵੇਲੇ ਸਾਹਮਣੇ ਆਏ ਸਨ ਜਦੋਂ ਅਕਾਲੀ ਦਲ ਵੱਲੋਂ ਪ੍ਰਗਟ ਸਿੰਘ ਦਾ ਨਾਂ CPS ਲਈ ਭੇਜਿਆ ਗਿਆ ਸੀ, ਪਰ ਪ੍ਰਗਟ ਸਿੰਘ ਨੇ CPS ਦਾ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਜਦਕਿ ਇੰਦਰਬੀਰ ਸਿੰਘ ਗੁਲਾਰੀਆ ਪਿਛਲੇ ਸਾਲ ਅੰਮ੍ਰਿਤਸਰ ਵਿੱਚ ਸੋਲਿਡ ਵੇਸਟ ਪਲਾਂਟ ਨੂੰ ਲੈ ਕੇ ਆਪਣੀ ਹੀ ਸਰਕਾਰ ਖਿਲਾਫ ਭੁੱਖ ਹੜਤਾਲ 'ਤੇ ਬੈਠ ਗਏ ਸਨ। ਇਸ ਤੋਂ ਬਾਅਦ ਇੰਦਰਬੀਰ ਸਿੰਘ ਗੁਲਾਰੀਆ ਨੂੰ CPS ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਪਟਿਆਲਾ ਤੋਂ ਅਵਤਾਰ ਗਿੱਲ, ਬਠਿੰਡਾ ਤੋਂ ਗੋਬਿੰਦ ਸੈਣੀ ਦੇ ਨਾਲ ਰਾਜਨ ਗੋਸਾਈ, ਜ਼ੀ ਮੀਡੀਆ, ਅੰਮ੍ਰਿਤਸਰ। ਤਾਂ ਪੰਜਾਬ ਦੇ ਚੋਣ ਮੌਨਸੂਨ ਹੈ ਅਤੇ ਇਸ ਦੌਰਾਨ ਦਲ ਬਦਲੀ ਦੀ ਸਿਆਸਤ ਜੋ ਹੈ ਉਹ ਜ਼ੋਰ ਰੱਖਦੇ ਹੈ ਅਤੇ ਇਸ ਦਰਮਿਆਨ ਕਈ ਸਵਾਲ ਖੜੇ ਹੁੰਦੇ ਨੇ। ਪਹਿਲਾ ਸਵਾਲ ਤੁਹਾਨੂੰ ਦੱਸ ਦਿੰਦੇ ਹਾਂ ਜੋ ਅੱਜ ਮੁੱਦੇ ਕੀ ਬਾਅਦ ਦੇ ਵਿੱਚ ਵੀ ਛਾਇਆ ਰਹੇਗਾ। ਸਵਾਲ ਇਹ ਕਿ ਪੰਜਾਬ ਦੇ ਵਿੱਚ ਚੋਣ ਮੌਨਸੂਨ ਦੇ ਵਿੱਚ ਦਲ ਬਦਲ ਦਾ ਸੀਜ਼ਨ ਜ਼ੋਰ ਫੜਨ ਦੇ ਆਖਰ ਕੀ ਮਾਇਨੇ ਨੇ, ਅਤੇ ਦੂਜਾ ਸਵਾਲ ਪੰਜਾਬ ਦੇ ਵਿੱਚ ਚੋਣ ਦਲ ਬਦਲ ਅਤੇ ਸਿਆਸੀ ਪਾਰਟੀਆਂ ਦਾ ਸਟੈਂਡ ਆਖਰ ਕੀ ਹੈ, ਇਹ ਵੀ ਅਸੀਂ ਆਪਣੇ ਮਹਿਮਾਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਤੇ ਤੀਜਾ ਸਵਾਲ ਕਿ ਆਗੂਆਂ ਦੀ ਮੁਅਤਲੀ ਅਤੇ ਦਲ ਬਦਲ ਦੇ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਸਕਦੇ ਨੇ। ਇਸ ਦੇ ਨਾਲ ਹੀ ਇੱਕ ਸਵਾਲ ਜੋ ਅਸੀਂ ਆਪਣੇ ਦਰਸ਼ਕਾਂ ਤੋਂ ਵੀ ਪੁੱਛ ਰਹੇ ਹਾਂ, ਸਵਾਲ ਇਹ ਕਿ ਪੰਜਾਬ ਵਿਧਾਨ ਸਭਾ ਚੋਣਾਂ 'ਚ ਦਲ ਬਦਲ ਵੱਡਾ ਫੈਕਟਰ ਬਣੇਗਾ? ਤੁਸੀਂ ਕੀ ਸੋਚਦੇ ਹੋ, ਆਪਣੀ ਰਾਏ ਸਾਨੂੰ ਦੇ ਸਕਦੇ ਹੋ। ਜੇ ਤੁਹਾਡਾ ਜਵਾਬ ਹਾਂ ਦੇ ਵਿੱਚ ਹੈ ਤਾਂ ਟਾਈਪ ਕਰੋ ZPHH, ਸਪੇਸ ਦਿਓ Y, ਤੇ ਜੇ ਤੁਹਾਡਾ ਜਵਾਬ ਨਾ ਦੇ ਵਿੱਚ ਹੈ ਤਾਂ ਟਾਈਪ ਕਰੋ ZPHH, ਸਪੇਸ ਦਿਓ N, ਤੇ ਆਪਣੇ ਜਵਾਬ 57575 ਤੇ SMS ਕਰ ਦਿਓ। ਇਸ ਦੇ ਨਾਲ ਹੀ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ, ਸਾਡਾ ਨੰਬਰ ਹੈ 1800183535। ਤੇ ਇਸ ਦੇ ਨਾਲ ਹੀ ਸਾਡੇ ਅੱਜ ਦੇ ਜੋ ਮਹਿਮਾਨ ਨੇ ਉਹਨਾਂ ਦੇ ਨਾਲ ਤੁਹਾਡਾ ਪਰਿਚੈ ਕਰਵਾ ਦਿੰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਕਾਂਗਰਸ ਆਗੂ ਰਜਿੰਦਰ ਸਿੰਘ ਦੀਪਾ ਜੀ ਸਾਡੇ ਨਾਲ ਜੁੜ ਚੁੱਕੇ ਨੇ। ਇਸ ਦੇ ਨਾਲ ਹੀ ਵਿਰਸਾ ਸਿੰਘ ਬਟੋਹਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਡੇ ਨਾਲ ਜੁੜ ਚੁੱਕੇ ਨੇ, ਤੇ ਵਿਨੀਤ ਜੋਸ਼ੀ ਜੀ BJP ਆਗੂ ਸਾਡੇ ਨਾਲ ਜੁੜ ਗਏ ਨੇ। ਕਰਨਲ CD ਸਿੰਘ ਕੰਬੋਜ ਜੀ ਆਮ ਆਦਮੀ ਪਾਰਟੀ ਦੇ ਆਗੂ ਸਾਡੇ ਨਾਲ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਬਟੋਹਾ ਸਾਹਿਬ, ਮੇਰਾ ਸਵਾਲ ਤੁਹਾਡੇ ਤੋਂ ਇਹੀ ਹੈ, ਇੰਦਰਬੀਰ ਸਿੰਘ ਬੁਲਾਰੀਆ ਤੇ ਪ੍ਰਗਟ ਸਿੰਘ ਇਹਨਾਂ ਨੂੰ ਪਾਰਟੀ ਤੋਂ ਕਿਉਂ ਮੁਅੱਤਲ ਕੀਤਾ ਗਿਆ? ਕੀ ਵਜ੍ਹਾ ਰਹੀ? ਕੀ ਪਾਰਟੀ ਨੂੰ ਡਰ ਸੀ ਕਿ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੋ ਸਕਦੇ ਨੇ? ਇੰਦਰ ਜੀ, ਜਿੱਥੋਂ ਤੱਕ ਕੋਈ ਵੀ ਪਾਰਟੀ ਹੁੰਦੀ ਹੈ ਉਹ ਡਿਸਿਪਲਿਨ 'ਤੇ ਚੱਲਦੀ ਹੈ ਜੀ, ਉਹਦੀ ਕੋਈ ਨੀਤੀ ਹੁੰਦੀ ਆ, ਉਹਦਾ ਕੋਈ ਪ੍ਰੋਗਰਾਮ ਹੁੰਦਾ ਹੈ। ਔਰ ਕਈ ਸੱਜਣ ਇਹੋ ਜਿਹੇ ਵੀ ਟੱਕਰਦੇ ਨੇ ਪਾਰਟੀਆਂ 'ਚ, ਇਕੱਲੇ ਅਕਾਲੀ ਦਲ 'ਚ ਹੀ ਨਹੀਂ, ਵੱਖ ਵੱਖ ਪਾਰਟੀਆਂ 'ਚ, ਜਿਨ੍ਹਾਂ ਦੀ ਇੱਕ ਫਿਤਰਤ ਹੁੰਦੀ ਹੈ ਕਿ ਉਹ ਪਾਰਟੀ ਲਾਈਨ ਤੋਂ ਬਾਹਰ ਜਾ ਕੇ ਪਾਰਟੀ ਨੂੰ ਕਿਸੇ ਵਿਰੋਧੀ ਲੋਕਾਂ ਦੇ ਨਾਲ ਸਾਸ਼ ਰਚ ਕੇ ਬਹਿਮਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਜਦੋਂ ਇਹੋ ਜਿਹੀ ਕੋਈ ਸਾਸ਼ਾ ਰਚ ਕੇ ਕਿਸੇ ਵਿਰੋਧੀ ਪਾਰਟੀ ਦੇ ਨਾਲ ਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਂਦੇ ਨੇ, ਤਾਂ ਫਿਰ ਪਾਰਟੀ ਦੇ ਜਿਹੜੇ ਆਗੂ ਹੁੰਦੇ ਨੇ, ਪਾਰਟੀ ਦੇ ਪ੍ਰਧਾਨ ਹੁੰਦੇ ਨੇ, ਜਿਹੜੀਆਂ ਪਾਰਟੀਆਂ ਹੁੰਦੀਆਂ ਨੇ, ਫਿਰ ਫੈਸਲਾ ਲੈਂਦੀਆਂ ਨੇ। ਇਸੇ ਕਰਕੇ ਇਹਨਾਂ ਦੋਨਾਂ ਆਗੂ ਸਾਹਿਬਾਨ ਨੇ ਪਾਰਟੀ ਦੇ ਵਿਰੁੱਧ ਪਿਛਲੇ ਸਮੇਂ ਤੋਂ ਦੂਸਰੀਆਂ ਪਾਰਟੀਆਂ ਦੇ ਨਾਲ ਰਲ ਕੇ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ। ਪਰ ਬਟੋਹਾ ਸਾਹਿਬ, ਬੁਲਾਰੀਆ ਸਾਹਿਬ ਤੇ ਪ੍ਰਗਟ ਸਿੰਘ ਦੋਵੇਂ ਕਹਿ ਰਹੇ ਨੇ ਕਿ ਉਹ ਤਾਂ ਸਿਰਫ ਲੋਕਾਂ ਦੇ ਮੁੱਦੇ ਚੁੱਕ ਰਹੇ ਸਨ, ਇਸ ਕਰਕੇ ਉਹਨਾਂ ਨੂੰ ਬਾਹਰ ਦਾ ਰਾਹ ਦਿਖਾਇਆ ਗਿਆ। ਇੰਦਰਜੀਤ, ਇੱਕ ਅੱਜ ਖੇਡ ਹੀ ਬਣ ਗਈ ਹੈ ਕਿ ਜਿਹਨੇ ਕੋਈ ਗੱਲ ਕਰਨੀ ਹੋਵੇ, ਜਿਸ ਤਰ੍ਹਾਂ ਹੁਣ ਨਵਜੋਤ ਸਿੰਘ ਸਿੱਧੂ, ਜਿਹਨਾਂ ਨੂੰ ਅੰਮ੍ਰਿਤਸਰ ਦੀ ਧਰਤੀ ਨੇ 3 ਵਾਰ ਮੈਂਬਰ ਪਾਰਲੀਮੈਂਟ ਬਣਾਇਆ, ਰਾਸ਼ਟਰਪਤੀ ਸਾਹਿਬ ਨੇ ਰਾਜਸਭਾ ਦਾ ਮੈਂਬਰ ਬਣਾ ਦਿੱਤਾ, ਤੇ ਅੰਮ੍ਰਿਤਸਰ ਦੇ ਜਿਹਨਾਂ ਨੇ ਜੇ 3 ਵਾਰ ਜਾ ਕੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਨਹੀਂ ਕੀਤੀ, ਉਹ ਕਹਿੰਦੇ ਕਿ ਮੈਨੂੰ ਪੰਜਾਬ ਦਾ ਦਰਦ ਜਾਗ ਪਿਆ। ਤੇ ਇਸੇ ਤਰ੍ਹਾਂ ਹੀ ਇਹਨਾਂ ਲੋਕਾਂ ਨੂੰ ਵੀ ਕਹਿੰਦੇ ਕਿ ਅਸੀਂ ਮੁੱਦੇ ਉਠਾਏ ਜਾਂ ਆਪਦੇ ਜਿਹੜੇ ਸਾਡੇ ਮਸਲੇ ਸੀ ਉਹਨਾਂ ਨੂੰ ਉਠਾਏ, ਸਾਨੂੰ ਇਸ ਕਰਕੇ ਸਜ਼ਾ ਮਿਲੀ। ਇੰਦਰਜੀਤ, ਮੈਂ ਵੀ ਰਾਜਨੀਤੀ ਕਰਦਾ, ਲੋਕਾਂ ਦੇ ਵਿੱਚ ਰਹਿੰਦਾ, ਮੈਂ ਵੀ ਕੌਂਸਟੀਚੁਐਂਸੀ ਨੂੰ ਬਿਲੋਂਗ ਕਰਦਾ ਹਾਂ, ਅਸੀਂ ਵੀ ਪਾਰਟੀ ਦੇ ਵਿੱਚ ਰਹਿ ਕੇ ਆਪਣੇ ਮੁੱਦੇ ਉਠਾਉਣੇ ਆ, ਵਿਧਾਨ ਸਭਾ 'ਚ ਵੀ ਉਠਾਉਣੇ ਆ, ਗਾਹੇ ਬਗਾਹੇ ਵੀ ਉਠਾਉਣੇ ਆ, ਸਟੇਜਾਂ 'ਤੇ ਵੀ ਉਠਾਉਣੇ ਆ,
ਤੇ ਕਦੇ ਪਾਰਟੀ ਨੂੰ ਕੋਈ ਗੁੱਸਾ ਨਹੀਂ ਕੀਤਾ ਨਾ ਪਾਰਟੀ ਨੂੰ ਇਸ ਗੱਲ ਦਾ ਕੋਈ ਹੈ ਹੀ ਹੈ ਪਾਰਟੀ ਤਾਂ ਵੱਧ ਤੋਂ ਵੱਧ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਵੱਖ ਵੱਖ ਕੌਂਸਟੀਚੁਐਂਸੀ ਦਾ ਭਲਾ ਕਰਨਾ ਚਾਹੁੰਦੀ ਹੈ ਇਹੋ ਜਿਹਾ ਕੋਈ ਮਸਲਾ ਨਹੀਂ ਵੀ ਕਿਸੇ ਨੇ ਕੋਈ ਮਸਲਾ ਉਠਾਇਆ ਪਰ ਮਸਲਾ ਜਿਹੜਾ ਆ ਮਸਲੇ ਕੁਛ ਹੋਰ ਸੀ ਤੇ ਮਸਲੇ ਕੁਛ ਹੋਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਵੀ ਕਿਸੇ ਨੂੰ ਭੁਲੇਖਾ ਨਹੀਂ ਕਿ ਕਿਹੜਾ ਬੰਦਾ ਕਿਸ ਫਿਤਰਤ ਦਾ ਹੈ ਜਿਸ ਤੱਕ ਸਾਹਿਬ ਪ੍ਰਗਟ ਸਿੰਘ ਹੋਰਾਂ ਦਾ ਸਵਾਲ ਸਾਹਿਬ ਪ੍ਰਗਟ ਸਿੰਘ ਹੋਰੀ ਬਜਾਤੇ ਖੁਦ ਮੇਰਾ ਖਿਆਲ ਹੈ ਕਿ ਮੈਂ ਉਹਨਾਂ ਤੇ ਕੋਈ ਸਿੱਧੇ ਰੂਪ ਚ ਐਲੀਗੇਸ਼ਨ ਨਹੀਂ ਲਾਉਣਾ ਚਾਹੁੰਦਾ ਪਰ ਉਹ ਡਿਪਰੈਸ਼ਨ ਚਲੇ ਗਏ ਕਿਉਂਕਿ ਉਹਨਾਂ ਨੇ ਅਫਸਰਸ਼ਾਹੀ ਹੰਢਾਈ ਸੀ ਪੰਜਾਬ ਸਪੋਰਟਸ ਦੇ ਉਹ ਡਾਇਰੈਕਟਰ ਰਹੇ ਪਰ ਮੇਰੇ ਨਾਲ ਵੀ ਔਰ ਬਾਕੀ ਐਮਐਲਏ ਸਾਹਿਬਾਨ ਨਾਲ ਵੀ ਉਹ ਆਪਦੇ ਵਿਚਾਰ ਸਾਂਝੇ ਕਰਦੇ ਰਹੇ ਕਿ ਯਾਰ ਮੈਨੂੰ ਕਿੱਥੇ ਫਸਾ ਤਾ ਮੈਂ ਤੇ ਡਾਇਰੈਕਟਰ ਸੀਗਾ ਮੇਰੇ ਕੋਲ ਤੇ ਸਾਰਾ ਮੁਲਕ ਆਉਂਦਾ ਸੀਗਾ ਹੁਣ ਮੈਂ ਫੈਲਾਂ ਚੁੱਕ ਚੁੱਕ ਕੇ ਡਾਇਰੈਕਟਰ ਕੋਲੇ ਜਾਣਾ ਹੈ ਕਿ ਮੈਨੂੰ ਕਿੱਟਾਂ ਦੇ ਦਿਓ ਮੈਨੂੰ ਜਿਮ ਦੇ ਦਿਓ ਮੈਨੂੰ ਸਪੋਰਟਸ ਵਾਸਤੇ ਕੁਛ ਦੇ ਦਿਓ ਕਹਿੰਦੇ ਇਹ ਕੋਈ ਗੱਲ ਹੈ ਇਹਦੇ ਨਾਲ ਹਜ਼ਾਰ ਗੁਣਾ ਡਾਇਰੈਕਟਰ ਚੰਗਾ ਸੀਗਾ ਹੁਣ ਪਤਾ ਨਹੀਂ ਉਹਨਾਂ ਦੀ ਕੀ ਸੋਚ ਸੀ ਉਹ ਡਿਪਰੈਸ਼ਨ ਸੀਗੇ ਔਰ ਦੂਸਰੀ ਗੱਲ ਜਿਹੜੀ ਮੈਂ ਹੀ ਨਹੀਂ ਸਾਰਿਆਂ ਨੂੰ ਪਤਾ ਕਿ ਉਹ ਚਾਹੁੰਦੇ ਸੀ ਕਿ ਮੈਂ ਮਿਨਿਸਟਰ ਬਣਾ ਸਪੋਰਟਸ ਦਾ ਮਿਨਿਸਟਰ ਬਣਾ ਪਾਰਟੀ ਕੋਲੇ ਹੁਣ ਮਿਨਿਸਟਰ ਦੇ ਅਹੁਦੇ ਤੇ ਬਹੁਤ ਥੋੜੇ ਹੁੰਦੇ ਔਰ ਉਹਦੇ ਵਿੱਚ ਜਿਹੜੇ ਹੈਗਾ ਕਿ ਸੀਨੀਓਰਿਟੀ ਵੀ ਦੇਖੀ ਜਾਂਦੀ ਹੈ ਔਰ ਜਿਸ ਤੱਕ ਬਲਾਰੀਆ ਸਾਹਿਬ ਨੇ ਬਲਾਰੀਆ ਸਾਹਿਬ ਛੋਟੀ ਉਮਰੇ ਦੋ ਵਾਰਾਂ ਪਾਰਟੀ ਨੇ ਐਮਐਲਏ ਬਣਾਇਆ ਉਹਨਾਂ ਨੂੰ ਚੀਫ ਪਾਰਲੀਮਾਨੀ ਸੈਕਟਰੀ ਦੋਨੋਂ ਵਾਰੀ ਬਣਾਤਾ ਔਰ ਨਾਲ ਹੀ ਉਹਨਾਂ ਨੂੰ ਜਿਹੜੀ ਕਿ ਬੜੀ ਪ੍ਰੋਮੀਨੈਂਟ ਪੋਸਟ ਹੈ ਯੂਥ ਵਿੰਗ ਦੇ ਮਾਝੇ ਜੋਨ ਦਾ ਪ੍ਰੈਜੀਡੈਂਟ ਬਣਾਤਾ ਔਰ ਅੱਜ ਪਾਰਟੀ ਦੇ ਵਿਰੁੱਧ ਗੱਲਾਂ ਕਰਦੇ ਨੇ ਕਿ ਬਾਦਲ ਸਾਹਿਬ ਇਸ ਤਰ੍ਹਾਂ ਸੁਵੀਰ ਜੀ ਇਸ ਤਰ੍ਹਾਂ ਮਜੀਠੀਆ ਸਾਹਿਬ ਇਸ ਤਰ੍ਹਾਂ ਤੇ ਕੱਲ ਕਹਿੰਦੇ ਸੀਗੇ ਮਤਲਬ ਇਹਨਾਂ ਦੀ ਜਿਸ ਤਰੀਕੇ ਨਾਲ ਉਹ ਕੱਲ ਤੱਕ ਐਂਡ ਤੱਕ ਸੋਹਲੇ ਗਾਉਂਦੇ ਰਹੇ ਨੇ ਯਕਦਮ ਭਾਸ਼ਾ ਬਦਲ ਗਈ ਜਿਸ ਤਰ੍ਹਾਂ ਰਜਿੰਦਰ ਦੀਪਾ ਜੀ ਤਾਂ ਇਹ ਤੈਅ ਕਿ ਹੁਣ ਇਹ ਦੋਵੇਂ ਆਗੂ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਤੇ ਨਵਜੋਤ ਸਿੰਘ ਸਿੱਧੂ ਜੋ ਕਿ ਬੀਜੇਪੀ ਦੇ ਵੀ ਕਾਫੀ ਦਿੱਗਜ ਆਗੂ ਮੰਨੇ ਜਾਂਦੇ ਰਹੇ ਨੇ ਉਹ ਵੀ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਜ਼ਰੂਰ ਸ਼ਾਮਲ ਹੋਣਗੇ ਪਰ ਕੀ ਇਸ ਤਰ੍ਹਾਂ ਦਾ ਦਲ ਬਦਲ ਜੋ ਹੈ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਚੋਣਾਂ ਤੋਂ ਐਨ ਪਹਿਲਾਂ ਇਸ ਤਰ੍ਹਾਂ ਦਾ ਰਲੇਵਾ ਜੋ ਹੈ ਉਹ ਕੀ ਠੀਕ ਹੈ ਕਿ ਸਾਡੀ ਸਿਆਸਤ ਦੇ ਲਈ ਠੀਕ ਹੈ ਇਹ ਇੰਦਰਜੀਤ ਜੀ ਸਿਆਸਤ 'ਚ ਅਕਸਰ ਹੁੰਦਾ ਜਦੋਂ ਇਲੈਕਸ਼ਨ ਵਾਲਾ ਸਾਲ ਆਉਂਦਾ ਹੈ ਜਿਹੜੀਆਂ ਪਾਰਟੀਆਂ ਦਾ ਜਹਾਜ਼ ਡੁੱਬਦਾ ਹੋਵੇ ਉਹਨਾਂ ਦੇ ਲੋਕ ਉਹਨਾਂ ਦੇ ਲੀਡਰ ਉਹ ਛੱਡ ਭੱਜਦੇ ਵੀ ਹੈ ਕਾਰਨ ਹੋਰ ਵੀ ਹੋ ਸਕਦੇ ਹੈ ਉਹਨਾਂ ਦੀ ਉੱਥੇ ਅਣਦੇਖੀ ਹੋਈ ਹੋਵੇ ਉਹਨਾਂ ਦੇ ਕੰਮ ਨਾ ਹੁੰਦੇ ਹੋਣ ਉਸ ਕਲਚਰ ਦੇ ਵਿੱਚ ਫਿੱਟ ਨਾ ਹੋਏ ਹੋਣ ਸਪੈਸ਼ਲੀ ਮੈਂ ਪ੍ਰਗਟ ਸਿੰਘ ਜੀ ਦੀ ਗੱਲ ਕਰਾਂ ਜਿਵੇਂ ਬਟੂਆ ਸਾਹਿਬ ਨੇ ਵੀ ਕਿਹਾ ਉਹ ਇੱਕ ਖੇਡ ਜਗਤ 'ਚੋਂ ਆਏ ਸੀਗੇ ਜਿਹੜਾ ਅਕਾਲੀ ਪਾਰਟੀ ਦਾ ਇਹਨਾਂ ਦਾ ਕਲਚਰ ਹੈ ਜਿਵੇਂ ਬਟੂਆ ਸਾਹਿਬ ਉਸ ਕਲਚਰ 'ਚ ਪੂਰਾ ਫਿੱਟ ਹੁੰਦੇ ਆ ਵੀ ਧੱਕਾ ਕਰੋ ਮਤਲਬ ਜੋ ਵੀ ਹੈ ਕਰਪਸ਼ਨ ਹੈ ਕੋਈ ਗੱਲ ਨਹੀਂ ਕੋਈ ਅਫਸਰ ਇਹੋ ਜਿਹਾ ਲਾਓ ਜਿਹੜਾ ਕਰਪਟ ਹੋਵੇ ਕੋਈ ਸਾਨੂੰ ਵੀ ਦੇਵੇ ਜੋ ਵੀ ਅੱਜ ਪਤਾ ਹੀ ਹੈ ਪੰਜਾਬ 'ਚ ਅਕਾਲੀਆਂ ਦੇ ਜਥੇਦਾਰ ਅਕਾਲੀਆਂ ਦੇ ਜਿਹੜੇ ਹਲਕਾ ਇੰਚਾਰਜ ਹੈ ਇਹਨਾਂ ਦੇ ਲੀਡਰ ਇਹਨਾਂ ਦੇ ਮੰਤਰੀ ਜੋ ਪੰਜਾਬ 'ਚ ਕਰ ਰਹੇ ਹੈ ਹੋ ਸਕਦਾ ਉਸ ਤੋਂ ਉਹਨਾਂ ਨੂੰ ਸਫੋਕੇਸ਼ਨ ਹੋਵੇ ਕਾਫੀ ਦੇਰ ਤੋਂ ਹੋਵੇ ਪਰ ਉੱਥੇ ਫਿੱਟ ਨਾ ਬੈਠਦੇ ਹੁਣ ਪਰ ਚਾਹੀਦਾ ਸੀ ਉਸ ਤੋਂ ਪਹਿਲਾਂ ਹੀ ਉਹ ਪਾਰਟੀ ਨੂੰ ਛੱਡਦੇ ਪਾਰਟੀ ਦੇ ਖਿਲਾਫ ਗੱਲ ਕਰਦੇ ਪਾਰਟੀ ਦੀ ਵਿਚਾਰਧਾਰਾ ਕੀ ਪਾਰਟੀ ਦੀ ਸੋਚ ਕੀ ਇਹ ਸਭ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਕਿ ਜਦੋਂ ਚੋਣਾਂ ਹੁੰਦੀਆਂ ਨੇ ਉਸ ਤੋਂ ਪਹਿਲਾਂ ਹੀ ਜੋ ਹੈ ਪਾਰਟੀ ਬਦਲ ਲਓ ਹਾਂ ਨਹੀਂ ਇਹ ਮੈਨੇ ਰੱਖਣੀਆਂ ਚਾਹੀਦੀਆਂ ਪਰ ਥੋੜਾ ਜਿਹਾ ਹੁਣ ਰਾਜਨੀਤੀ ਦੇ ਵਿੱਚ ਮੌਕਾ ਪ੍ਰਸਤੀ ਜ਼ਿਆਦਾ ਹੋ ਗਈ ਹੈ ਤੁਸੀਂ ਆਹ ਦੇਖ ਲਓ ਤਿੰਨਾਂ ਲੀਡਰਸ ਦੀ ਜਿਹੜੀ ਗੱਲ ਹੋ ਰਹੀ ਹੈ ਭਾਵੇਂ ਦੋ ਅਕਾਲੀ ਦਲ ਜਿਹੜੇ ਛੱਡ ਕੇ ਆ ਰਹੇ ਆ ਜਾਂ ਨਵਜੋਤ ਸਿੰਘ ਸਿੱਧੂ ਜੀ ਦੀ ਗੱਲ ਹੋ ਰਹੀ ਹੈ ਚੰਗਾ ਐਂਟਰਟੇਨਰ ਹੈ ਬੜੇ ਵੱਡੇ ਪਰਦੇ 'ਤੇ ਛੋਟੇ ਪਰਦੇ 'ਤੇ ਬੜਾ ਐਂਟਰਟੇਨ ਕਰਦੇ ਹੈ ਕ੍ਰਿਕਟ ਜਗਤ 'ਚੋਂ ਵੀ ਆਏ ਹੈ ਪਰ ਮੌਕਾ ਪ੍ਰਸਤੀ ਦੀ ਗੱਲ ਕਹਾਂਗੇ ਕਿਉਂਕਿ ਆਮ ਆਪਾਂ ਇਹ ਸਮਝਦੇ ਹਾਂ ਜੋ ਅੱਜ ਉਹਨਾਂ ਨੇ ਰਾਜਿਆ ਸਭਾ ਤੋਂ ਅਸਤੀਫਾ ਦਿੱਤਾ ਹੈ ਇਹ ਗੱਲ ਬਿਲਕੁਲ ਕਲੀਅਰ ਹੈ ਜੇ ਉਹਨਾਂ ਨੂੰ ਮੋਦੀ ਸਰਕਾਰ 'ਚ ਮੰਤਰੀ ਬਣਾ ਲਿਆ ਜਾਂਦਾ ਮੈਂ ਸਮਝਦਾ ਉਹ ਅਸਤੀਫਾ ਨਹੀਂ ਦਿੰਦੇ ਸੀ ਉਹਨਾਂ ਨੂੰ ਪੰਜਾਬ ਦੇ ਹਿੱਤ ਬਿਲਕੁਲ ਯਾਦ ਨਹੀਂ ਆਉਣੇ ਸੀ ਉਹਨਾਂ ਨੂੰ ਪੰਜਾਬ ਦਾ ਪਿਆਰ ਬਿਲਕੁਲ ਜਾਗਣਾ ਨਹੀਂ ਸੀਗਾ ਕਿਉਂਕਿ ਮੈਂ ਸਮਝਦਾ ਉਹਨਾਂ ਨਾਲ ਕੋਈ ਹੋ ਸਕਦਾ ਕਮਿਟਮੈਂਟ ਕੀਤੀ ਹੋਵੇ ਮੋਦੀ ਜੀਆਂ ਨੇ ਜਾਂ ਇਹਨਾਂ ਦੀ ਬੀਜੇਪੀ ਦੀ ਹਾਈ ਕਮਾਂਡ ਨੇ ਉਹ ਕਮਿਟਮੈਂਟ ਸ਼ਾਇਦ ਨਾ ਪੂਰੀ ਹੋਵੇ ਉੱਥੋਂ ਉਹਨਾਂ ਨੂੰ ਉਹ ਦਰਦ ਤਾਂ ਹੋ ਸਕਦਾ ਉਹ ਦਰਦ ਹੋਵੇ ਪਰਸਨਲ ਦਰਦ ਹੋਵੇ ਮਿਨਿਸਟਰੀ ਨਾ ਮਿਲਣ ਦਾ ਪੰਜਾਬ ਦਾ ਦਰਦ ਕਹਿਣਾ ਇਹ ਤਾਂ ਬਿਲਕੁਲ ਹੀ ਮੌਕਾ ਪ੍ਰਸਤੀ ਵਾਲੀ ਗੱਲ ਲੱਗ ਰਹੀ ਹੈ ਔਰ ਖਾਸ ਕਰਕੇ ਅੱਜ ਉਹਨਾਂ ਦੇ ਮਿਸਿਸ ਡਾਕਟਰ ਨਵਜੋਤ ਕੌਰ ਸਿੱਧੂ ਜਿਹੜੇ ਅੱਜ ਵੀ ਬਣੇ ਹੋਏ ਆ ਬੀਜੇਪੀ ਦੇ ਵਿੱਚ ਉਹ ਕਹਿ ਰਹੇ ਆ ਮੈਂ ਉਹਨਾਂ ਦੀ ਚੇਲੀ ਤਾਂ ਹਾਂ ਮੈਂ ਉਹਨਾਂ ਦੇ ਪਿੱਛੇ ਚੱਲਾਂਗੀ ਉਹਨਾਂ ਨੇ ਰਾਜਿਆ ਸਭਾ ਛੱਡਤੀ ਬੀਜੇਪੀ ਵੀ ਉਹਨਾਂ ਨੇ ਛੱਡਤੀ ਪਰ ਮੈਂ ਬੀਜੇਪੀ 'ਚ ਬਣੀ ਹੋਈ ਹਾਂ ਨਾਲੇ ਮੈਂ ਉਹਨਾਂ ਦੇ ਪਿੱਛੇ ਚੱਲਾਂਗੀ ਸੋ ਪਹਿਲਾਂ ਵੀ
ਡਾਕਟਰ ਸਿੱਧੂ ਦੋ ਤਿੰਨ ਵਾਰੀ ਇਸ ਸਾਲ ਦੇ ਵਿੱਚ ਅਪ੍ਰੈਲ ਫੂਲ ਮਨਾ ਚੁੱਕੇ ਆ ਪੰਜਾਬ ਦੇ ਲੋਕਾਂ ਦਾ, ਦੋ ਤਿੰਨ ਵਾਰੀ ਰੈਜ਼ਿਗਨੇਸ਼ਨ ਦਾ ਡਰਾਮਾ ਦੇ ਚੁੱਕੇ ਆ, ਹੁਣ ਵੀ ਥੋੜ੍ਹਾ ਜਿਹਾ ਉਸ ਤਰ੍ਹਾਂ ਦਾ ਡਰਾਮਾ ਚੱਲ ਰਿਹਾ। ਜੇ ਤੁਸੀਂ ਵਾਕਿਆ ਹੀ ਤੁਹਾਡੀ ਸੋਚ ਹੈ ਪੰਜਾਬ ਲਈ ਸੋਚ ਹੈ, ਤੁਸੀਂ ਇਮਾਨਦਾਰੀ ਨਾਲ ਸੇਵਾ ਕਰਨਾ ਚਾਹੁੰਦੇ ਹੋ ਤਾਂ ਖੁੱਲ ਕੇ ਸਾਹਮਣੇ ਆਓ ਜੀ। ਠੀਕ ਹੈ, ਇਸ ਤਰ੍ਹਾਂ ਦਾ ਡਰਾਮਾ ਕਦੀ ਅਕਾਲੀ ਸਰਕਾਰ ਦੇ ਖਿਲਾਫ ਤੁਸੀਂ ਕਹਿ ਰਹੇ ਹੋ ਡਰਾਮਾ ਕਰ ਰਹੇ ਚਾਰ ਚਾਰ ਮਹੀਨੇ ਚੁੱਪ ਕਰ ਜਾਣਾ। ਠੀਕ ਹੈ, ਪਰ ਵੀ ਨਹੀਂ ਜੋਸ਼ੀ ਜੀ, ਮੇਰਾ ਸਵਾਲ ਇਸ ਮੁੱਦੇ ਦੇ ਨਾਲ ਜੁੜਿਆ ਹੋਇਆ ਹੈ, ਮੌਕਾ ਪ੍ਰਾਪਤੀ ਹੈ, ਬਲੈਕਮੇਲਿੰਗ ਹੈ। ਜਿਸ ਤਰ੍ਹਾਂ ਨਾਲ ਪਾਰਟੀ ਤੋਂ ਨਾਰਾਜ਼ ਹੋ ਕੇ ਕਈ ਆਗੂ ਨੇ ਉਹ ਪਾਰਟੀ ਛੱਡ ਜਾਂਦੇ ਨੇ, ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ, ਜਾਂ ਫਿਰ ਕਈ ਵਾਰੀ ਜੋ ਹੈ ਵਕਤ ਤੋਂ ਪਾਰਟੀ ਵੀ ਬਣਾ ਲੈਂਦੇ ਨੇ। ਜਿਸ ਤਰ੍ਹਾਂ ਨਾਲ ਪੀਪੀਪੀ ਇੱਕ ਪਾਰਟੀ ਜੋ ਪਿਛਲੀਆਂ ਚੋਣਾਂ ਦੇ ਦੌਰਾਨ ਸਾਹਮਣੇ ਆਈ ਸੀ, ਇਸ ਤਰ੍ਹਾਂ ਦਾ ਰੁਝਾਨ ਕੀ ਸਾਡੇ ਪੰਜਾਬ ਦੇ ਲਈ ਠੀਕ ਹੈ ਕਿ ਇਹ ਸਭ ਚੀਜ਼ਾਂ ਜਾਇਜ਼ ਨੇ, ਕਿ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਜੋ ਬਦਲਾਅ ਆਉਂਦਾ ਕਿ ਉਸ ਦੇ ਨਾਲ ਕਿਸੇ ਪਾਰਟੀ ਨੂੰ ਜਾਂ ਕਿਸੇ ਆਗੂ ਨੂੰ ਲਾਹਾ ਮਿਲ ਜਾਂਦਾ ਇਸ ਨਾਲ? ਇੰਦਰਜੀਤ ਜੀ, ਇਸ ਤਰ੍ਹਾਂ ਹੈ ਕਿ ਬਈ ਚੁਣਾਵ ਦਾ ਮੌਸਮ ਹੈ ਔਰ ਸਾਡਾ ਜਿਹੜਾ ਸਮਾਜ ਹੈ ਬਹੁਤ ਸਾਰਾ ਇਸ 'ਚ ਮਟੀਰੀਅਲਿਸਟਿਕ ਅਪਰੋਚ ਵੱਧਦੀ ਜਾ ਰਹੀ ਹੈ ਔਰ ਅੱਜ ਸ਼ਾਇਦ ਬਹੁਤ ਸਾਰੇ ਪਾਰਟੀ ਦੇ ਜਿਹੜੇ ਕਾਰਕੁਨ ਨੇ ਜਾਂ ਲੀਡਰਸ ਨੇ ਉਹ ਉਹਨਾਂ ਦੇ ਵੀ ਅਪਰੋਚ ਮਟੀਰੀਅਲਿਸਟਿਕ ਹੁੰਦੀ ਜਾ ਰਹੀ ਹੈ। ਇਸ ਕਰਕੇ ਤੁਸੀਂ ਦੇਖਦੇ ਹੋਣੇ ਹੋ ਕਿ ਇਹ ਕੋਈ ਇਕੱਲਾ ਇੱਕ ਪੋਲੀਟੀਕਲ ਪਾਰਟੀ ਵਾਸਤੇ ਨਹੀਂ ਹੈ, ਹਰ ਪੋਲੀਟੀਕਲ ਪਾਰਟੀ 'ਚ ਇਹੋ ਜਿਹੀ ਕ੍ਰਾਈਸਿਸ ਔਰ ਪ੍ਰੋਬਲਮਸ ਆ ਰਹੀਆਂ ਨੇ। ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹੂੰਗਾ, ਪਾਰਟੀ ਤੋਂ ਵੱਡਾ ਕੋਈ ਨਹੀਂ ਹੁੰਦਾ ਜੀ, ਪਾਰਟੀ ਤੋਂ ਵੱਡਾ ਕੋਈ ਨਹੀਂ ਹੈ। ਲੀਡਰ ਆਉਂਦੇ ਨੇ, ਲੀਡਰ ਚਲੇ ਜਾਂਦੇ ਨੇ, ਪਰ ਪਾਰਟੀਆਂ ਉੱਥੇ ਖੜੀ ਰਹਿੰਦੀਆਂ ਔਰ ਪਾਰਟੀਆਂ ਅੱਗੇ ਵੱਧਦੀ ਰਹਿੰਦੀਆਂ। ਜਿੱਥੇ ਤੱਕ ਨਵਜੋਤ ਸਿੰਘ ਸਿੱਧੂ ਜੀ ਦਾ ਸਵਾਲ ਹੈ ਔਰ ਮੇਰੇ ਤੋਂ ਪਹਿਲੇ ਪੈਨਲਿਸਟ ਨੇ ਉਹਦੇ ਉੱਪਰ ਆਪਣਾ ਕਮੈਂਟ ਦਿੱਤਾ ਤਾਂ ਇਸ ਕਰਕੇ ਤੁਸੀਂ ਪੁੱਛਿਆ ਵੀ ਸੀ ਤਾਂ ਮੈਂ ਉੱਥੇ ਕਮੈਂਟ ਕਰਨਾ ਚਾਹੂੰਗਾ। ਨਵਜੋਤ ਸਿੰਘ ਸਿੱਧੂ ਜੀ ਨੇ ਰਾਜ ਸਭਾ ਤੋਂ ਰਿਜ਼ਾਈਨ ਕੀਤਾ ਹੈ ਔਰ ਲੇਕਿਨ ਬੀਜੇਪੀ ਤੋਂ ਉਹਨਾਂ ਨੇ ਹੁਣ ਤੱਕ ਅਸਤੀਫਾ ਨਹੀਂ ਦਿੱਤਾ, ਨਾ ਸਾਡੇ ਕੌਮੀ ਪ੍ਰਧਾਨ ਕੋਲ ਆਇਆ, ਨਾ ਸਾਡੇ ਸੂਬਾ ਪ੍ਰਧਾਨ ਕੋਲ ਕੋਈ ਉਹਨਾਂ ਦਾ ਅਸਤੀਫਾ ਆਇਆ ਔਰ ਨਾ ਹੀ ਅੱਜ ਕੱਲ੍ਹ ਜਿਹੜੇ ਦੋ ਤਿੰਨ ਸਿਸਟਮ ਦੇ ਥਰੂ ਤੁਸੀਂ ਆਪਣਾ ਸਟੇਟਸ ਅਪਡੇਟ ਕਰਦੇ ਹੋ, ਚਾਹੇ ਫੇਸਬੁੱਕ ਹੈ ਚਾਹੇ ਉਹ ਟਵਿੱਟਰ ਹੈ, ਇਹਨਾਂ ਨੇ ਕਿਸੇ ਦੇ ਮਾਧਿਅਮ ਦੇ ਨਾਲ ਵੀ ਜਿਹੜਾ ਹੈਗਾ ਆਪਣਾ ਹਾਲੇ ਤੱਕ ਪੰਜਾਬ ਆਪਣਾ ਬੀਜੇਪੀ ਤੋਂ ਰਿਜ਼ਾਈਨ ਜਿਹੜਾ ਹੈ ਆਪਣਾ ਨਹੀਂ ਕੀਤਾ ਹੈ ਔਰ ਜਦ ਤੱਕ ਉਹ ਰਿਜ਼ਾਈਨ ਨਹੀਂ ਕਰਦੇ ਹੈ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਉਹ ਹਾਲੇ ਤੱਕ ਬੀਜੇਪੀ ਦੇ ਅੰਦਰ ਬਣੇ ਹੋਏ ਹੈ। ਠੀਕ ਹੈ, ਕਰਨਲ ਸੀ ਡੀ ਸਿੰਘ ਕੰਬੋਜ ਜੀ, ਹੁਣ ਮੈਂ ਤੁਹਾਡੇ ਕੋਲ ਆਉਣਾ ਚਾਹੂੰਗੀ। ਜਿੰਨੇ ਵੀ ਆਗੂ ਜੋ ਨੇ ਹੁਣ ਜੋ ਦੇਖਣ ਚ ਆ ਰਿਹਾ ਕਿ ਪਾਰਟੀ ਛੱਡ ਕੇ ਆ ਰਹੇ ਨੇ, ਪੁਰਾਣੀ ਪਾਰਟੀ ਜਿਸ ਦੇ ਵਿੱਚ ਉਹ ਕਾਫੀ ਸਾਲਾਂ ਤੋਂ ਬਣੇ ਹੋਏ ਸਨ, ਆਮ ਆਦਮੀ ਪਾਰਟੀ ਉਹਨਾਂ ਨੂੰ ਬੜਾ ਸੱਦਾ ਦੇ ਰਹੀ ਹੈ, ਆਮ ਆਦਮੀ ਪਾਰਟੀ ਖੁੱਲੇ ਦਿਲ ਨਾਲ ਉਹਨਾਂ ਦਾ ਸਵਾਗਤ ਕਰ ਰਹੀ ਹੈ, ਕਿ ਇਹ ਆਮ ਆਦਮੀ ਪਾਰਟੀ ਦੇ ਲਈ ਠੀਕ ਹੈ? ਕੀ ਇਹ ਇੱਕ ਪਾਰਟੀ ਦੇ ਲਈ ਠੀਕ ਹੈ ਕਿ ਜੋ ਆਗੂ ਇੱਕ ਪਾਰਟੀ ਨੂੰ ਛੱਡ ਕੇ ਆ ਰਹੇ ਨੇ ਉਹ ਦੂਜੀ ਪਾਰਟੀ ਦੇ ਵਿੱਚ ਕੀ ਉਹਨਾਂ ਦਾ ਭਰੋਸਾ ਬਰਕਰਾਰ ਰਹੇਗਾ? ਇੰਦਰਜੀਤ, ਸਾਡੀ ਪਾਰਟੀ ਇੱਕ ਨਵੀਂ ਪਾਰਟੀ ਹੈ ਔਰ ਪਾਰਟੀ ਬਣ ਰਹੀ ਹੈ। ਅਸੀਂ ਇਹ ਕਿਹਾ ਹੈਗਾ ਕਿ ਕਿਸੇ ਕਰਪਟ ਬੰਦੇ ਨੂੰ ਅਸੀਂ ਨਹੀਂ ਲੈਣਾ, ਪਾਰਟੀ ਪੂਰੀ ਛਾਣਬੀਣ ਕਰਕੇ ਕਿ ਉਹਦੇ ਉੱਤੇ ਕੋਈ ਕਰਪਸ਼ਨ ਦੇ ਚਾਰਜਿਸ ਨਾ ਹੋਣ, ਉਸ ਬੰਦੇ ਨੂੰ ਹੀ ਪਾਰਟੀ 'ਚ ਲੈਂਦੀ ਹੈ। ਜਿੱਥੋਂ ਤੱਕ ਸਵਾਲ ਹੈ ਦਲ ਬਦਲਣ ਦਾ, ਬਾਦਲ ਸਾਹਿਬ ਕਹਿ ਰਹੇ ਸੀਗੇ ਔਰ ਵਿਰਸਾ ਸਿੰਘ ਵਲਟੋਹਾ ਹੋਣਾ ਨੂੰ ਵੀ, ਮੈਂ ਬਾਦਲ ਸਾਹਿਬ ਨੂੰ ਯਾਦ ਦਿਵਾਉਣਾ ਚਾਹੁੰਦਾ ਕਿ ਜਿੰਨਾ ਦਲ ਉਹਨਾਂ ਨੇ ਬਦਲਵਾਏ ਔਰ ਲੋਕਾਂ ਨੂੰ ਲਿਆ, ਉਹਨਾਂ ਹੋਰ ਕਿਤੇ ਐਗਜ਼ਾਮਪਲ ਨਹੀਂ ਮਿਲਦੀ। ਪਹਿਲੀ ਗੱਲ, ਕੈਪਟਨ ਅਮਰਿੰਦਰ ਕਾਂਗਰਸ 'ਚ ਸੀ, ਉਹਨਾਂ ਨੇ ਉਹਨਾਂ ਨੂੰ ਅਕਾਲੀ ਦਲ 'ਚ ਲਿਆ, ਉਸ ਤੋਂ ਬਾਅਦ ਉਹ ਪੰਥਕ ਪਾਰਟੀ ਗਏ, ਉਸ ਤੋਂ ਬਾਅਦ ਉਹ ਕਾਂਗਰਸ 'ਚ ਆਏ, ਕਾਂਗਰਸ 'ਚੋਂ ਪਹਿਲਾਂ ਅਕਾਲੀ ਦਲ 'ਚ ਗਏ, ਬਾਦਲ ਸਾਹਿਬ ਨੇ ਲਿਆ। ਜੀਤਮਿੰਦਰ ਸਿੰਘ ਸਿੱਧੂ ਕਾਂਗਰਸ ਦੇ ਸੀਗੇ, ਉਹਨਾਂ ਕੋਲੋਂ ਪਾਰਟੀ ਚੇਂਜ ਕਰਵਾ ਕੇ ਉਹਨਾਂ ਤੋਂ ਇਲੈਕਸ਼ਨ ਲੜਾਈ। ਜੈਨ ਸਾਹਿਬ ਮੋਗੇ ਵਾਲੇ, ਉਹਨਾਂ ਤੋਂ ਦਲ ਬਦਲ ਕਰਵਾ ਕੇ ਉਹਨਾਂ ਨੂੰ ਇਲੈਕਸ਼ਨ ਲੜਾਈ। ਇਸ ਤੋਂ ਲੰਬੀ ਲਿਸਟ ਹੈ, ਈਸ਼ਰ ਸਿੰਘ ਮਿਹਰਬਾਨ, ਦਪਿੰਦਰ ਸਿੰਘ ਢਿੱਲੋਂ, ਉਹਨਾਂ ਦਾ ਦਲ ਬਦਲ ਕਰਕੇ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਦਿੱਤੀ। ਸਰਦਾਰ ਅਵਤਾਰ ਸਿੰਘ ਬਰਾੜ, ਬਿਕਰਮਜੀਤ ਸਿੰਘ ਮਜੀਠੀਆ, ਇਹ ਕਿਹੜੇ ਅਕਾਲੀ ਨੇ ਜੀ? ਪੂਰਾ ਕਾਂਗਰਸ ਦਾ ਪਰਿਵਾਰ ਹੈ ਔਰ ਕਾਂਗਰਸ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਜਿਹੜਾ ਹੈ ਲੈ ਕੇ ਉਹਨਾਂ ਨੂੰ ਆਪਣੀ ਪਾਰਟੀ ਸ਼ਾਮਿਲ ਕੀਤਾ। ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਸੁਰਿੰਦਰ ਸਿੰਘ ਕੈਰੋਂ ਦੇ, ਪ੍ਰਤਾਪ ਸਿੰਘ ਕੈਰੋਂ ਹੋਣ ਦੇ ਪੋਤੇ ਸੁਰਿੰਦਰ ਕੈਰੋਂ ਦੇ ਪੁੱਤਰ, ਉਹਨਾਂ ਨੂੰ ਦਲ ਬਦਲ ਕਰਕੇ ਉਹਨਾਂ ਨੂੰ ਵਜ਼ੀਰ ਬਣਾਇਆ। ਤੁਸੀਂ ਇਹ ਲੰਬੀ ਲਿਸਟ ਹੈ ਜਿਹੜੀ ਕਿ ਦਲ ਬਦਲ ਕਰਕੇ ਬਾਦਲ ਸਾਹਿਬ ਨੇ ਕਾਂਗਰਸ 'ਚੋਂ ਲਿਆ ਕੇ ਅਕਾਲੀ ਦਲ ਦੀਆਂ ਟਿਕਟਾਂ ਦਿੱਤੀਆਂ। ਤੁਸੀਂ ਗੱਲ ਕਰਦੇ ਹੈਗੇ ਹੋ, ਵਿਰਸਾ ਸਿੰਘ ਵਲਟੋਹਾ ਜੀ ਕਹਿੰਦੇ ਕਿ ਸੀਨੀਓਰਟੀ ਦਾ ਵੀ ਖਿਆਲ ਰੱਖਿਆ ਜਾਂਦਾ ਹੈ। ਮੈਨੂੰ ਇਹ ਦੱਸੋ ਜੀ, ਬਿਕਰਮਜੀਤ ਸਿੰਘ ਮਜੀਠੀਆ ਦੀ ਕਿਹੜੀ ਸੀਨੀਓਰਟੀ ਹੈ? ਉਹਨਾਂ ਨੂੰ ਜਿਹੜਾ ਆਉਂਦੇ ਸਾਰ ਹੀ ਤੁਸੀਂ ਮਿਨਿਸਟਰ ਬਣਾ ਦਿੱਤਾ,
ਇੰਨੇ ਇੰਨੇ ਸੀਨੀਅਰ ਬੰਦੇ ਫਲੋਰ ਵਰਗੇ ਜਿਹੜੇ ਚਾਰ ਚਾਰ ਵਾਰੀ ਜਿੱਤੇ ਹੋਏ ਉਹਨਾਂ ਨੂੰ ਤੁਸੀਂ ਮੌਕਾ ਨਹੀਂ ਦਿੱਤਾ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਤੁਸੀਂ ਜਿਹੜਾ ਹੈ ਆਉਂਦੇ ਸਾਰ ਮਿਨਿਸਟਰ ਬਣਾ ਦਿੱਤਾ। ਤੁਸੀਂ ਗੱਲ ਕਰਦੇ ਹੈਗੇ ਉਹ ਮੌਕਾ ਪ੍ਰਸਤੀ ਦੀ। ਮੈਂ ਨਵਜੋਤ ਸਿੰਘ ਸਿੱਧੂ ਦੀ ਕੋਈ ਉਹਨੂੰ ਡਿਫੈਂਡ ਨਹੀਂ ਕਰ ਰਿਹਾ, ਲੇਕਿਨ ਨਵਜੋਤ ਸਿੰਘ ਸਿੱਧੂ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਬਣਿਆ, ਉਦੋਂ ਤਾਂ ਪਾਰਟੀ ਛੱਡ ਕੇ ਗਿਆ ਨਹੀਂ। ਜੇ ਹੁਣ ਛੱਡ ਕੇ ਗਿਆ ਤਾਂ ਉਹਦੇ ਮਸਟ ਬੀ ਸਟਰੋਂਗ ਰੀਜ਼ਨਸ, ਕਾਰਨ ਨੇ। ਉਹਦਾ ਦਮ ਘੁੱਟ ਰਿਹਾ। ਉਹ ਕਹਿੰਦਾ ਮੈਂ ਉੱਥੇ ਅੰਮ੍ਰਿਤਸਰ ਦੇ ਵਿੱਚ ਮੇਰੇ ਜਾਣ ਕੇ ਪ੍ਰੋਜੈਕਟ ਜਿਹੜੇ ਹੈ ਖਤਮ ਕਰ ਰਹੇ ਨੇ, ਹੋਣ ਨਹੀਂ ਦਿੰਦੇ ਅੰਮ੍ਰਿਤਸਰ 'ਚ ਕੰਮ। ਔਰ ਉਹ ਲੈ ਕੇ March 16 ਦੇ ਵਿੱਚ ਹੀ ਵੈਂਟ ਟੂ ਪ੍ਰਾਈਮ ਮਿਨਿਸਟਰ ਕਿ ਆਹ ਹੋ ਰਿਹਾ ਹੈਗਾ, ਆਪਾਂ ਅਲੱਗ ਹੋ ਜਾਈਏ, ਅਕਾਲੀਆਂ ਦੇ ਨਾਲ ਚੱਲ ਕੇ ਸਾਡਾ ਕੰਮ ਨਹੀਂ ਚੱਲਣਾ। ਲੇਕਿਨ ਉਹਦੀ ਕੋਈ ਸੁਣਵਾਈ ਨਹੀਂ। ਨਵਜੋਤ ਕੌਰ ਸਿੱਧੂ ਜਿਹੜੀ ਹੈ ਉਹਨੇ ਇੰਨਾ ਰੌਲਾ ਪਾਇਆ, ਉਹਦੀ ਕੋਈ ਸੁਣਵਾਈ ਨਹੀਂ। ਤੁਸੀਂ ਅਗਲੀ ਗੱਲ, ਤੁਸੀਂ ਗੱਲ ਕਰਦੇ ਹੈਗੇ ਹੋ ਕਿ ਇਹ ਸਾਰੀਆਂ ਗੱਲਾਂ ਉਹਨਾਂ ਨੇ ਪਾਰਟੀ ਛੱਡੀ। ਦੂਸਰੀ ਗੱਲ ਜਿਹੜੀ ਗੱਲ ਕਰਦੇ ਹੋ ਡਿਸਿਪਲਿਨ ਦੀ, ਜੇ ਡਿਸਿਪਲਿਨ ਦੀ ਗੱਲ ਸੀ ਵਲਟੋਹਾ ਸਾਹਿਬ, ਜੇ ਤੁਸੀਂ ਉਹਨਾਂ ਨੂੰ ਕੱਢਣਾ ਸੀ ਤਾਂ ਜਦੋਂ ਬੁਲਾਰੀਆ ਅੰਮ੍ਰਿਤਸਰ ਦੇ ਵਿੱਚ ਧਰਨਾ ਲਾ ਕੇ ਇੱਕ ਮਹੀਨਾ ਬੈਠਾ ਰਿਹਾ, ਉਦੋਂ ਤਾਂ ਤੁਸੀਂ ਕੋਈ ਐਕਸ਼ਨ ਨਹੀਂ ਲਿਆ। ਹੁਣ ਜਦੋਂ ਪਾਰਟੀ ਛੱਡਣ ਵਾਲੇ ਸੀ ਤਾਂ ਤੁਹਾਨੂੰ ਪਤਾ ਲੱਗ ਗਿਆ, ਇਸ ਤੋਂ ਇਸ ਕਰਕੇ ਉਹਨਾਂ ਨੂੰ ਜਿਹੜਾ ਹੈ ਤੁਸੀਂ ਪਾਰਟੀ ਚੋਂ ਕੱਢ ਦਿੱਤਾ। ਗੱਲ ਤਾਂ ਇੰਨੀ ਹੈ, ਠੀਕ ਹੈ। ਗੱਲ ਜਿਹੜੀ ਤੁਸੀਂ ਕਹਿ ਰਹੇ ਸੀਗੇ ਮੈਡਮ ਜੀ, ਇੱਕ ਮਿੰਟ ਮੈਂ ਗੱਲ ਤਾਂ ਵਿੱਚ ਉਹਨਾਂ ਨੂੰ ਇੰਦਰਜੀਤ ਜੀ ਤੁਹਾਨੂੰ ਮੌਕਾ ਦੇਣਗੇ, ਤੁਸੀਂ ਬੋਲੋ, ਮੈਂ ਤਾਂ ਨਹੀਂ ਬੋਲਿਆ ਦਵਿੰਦਰ ਜੀ। ਓਕੇ, ਤੁਸੀਂ ਅਜੇ ਕਰਨੀ ਗੱਲ ਹੋਰ। ਹਾਂ, ਤਾਂ ਇੰਦਰਜੀਤ ਜੀ ਇਹ ਸਾਰੀਆਂ ਗੱਲਾਂ ਨੇ, ਤੁਸੀਂ ਸਭ ਤੋਂ ਜ਼ਿਆਦਾ ਬਾਦਲ ਸਾਹਿਬ ਨੇ ਦਲ ਬਦਲਵਾਏ ਨੇ, ਅੱਜ ਬਾਦਲ ਸਾਹਿਬ ਦਾ ਕੋਈ ਹੱਕ ਨਹੀਂ। ਇਹ ਗੱਲ ਜ਼ਰੂਰ ਹੈ ਕਿ ਇਹ ਘਬਰਾਏ ਹੋਏ ਨੇ।